ਪੂਰਾ ਪੰਜਾਬ ਬਾਈ ਜ਼ਿਲ੍ਹੇ ਬਾਈ ਖਬਰਾਂ ਵਿੱਚ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਮਨ ਜੇਟਲੀ ਤੇ ਆਓ ਰੁਕ ਕਰਦੇ ਹਾਂ ਮੁੱਖ ਖਬਰਾਂ ਵੱਲ। ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ 14 ਦਸੰਬਰ 1920 ਨੂੰ ਕੀਤੀ ਗਈ ਸੀ ਤੇ ਇਸਦਾ 97ਵਾਂ ਸਥਾਪਨਾ ਦਿਵਸ ਅੱਜ ਬਹੁਤ ਉਤਸ਼ਾਹ ਪੂਰਨ ਮਨਾਇਆ ਜਾ ਰਿਹਾ। ਇਸ ਸੰਬੰਧ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਹਨਾਂ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ। 12 ਸਾਲਾ ਮਾਸੂਮ ਨਾਲ ਥਾਣਾ ਕੋਤਵਾਲੇ ਚ ਪੁਲਿਸ ਵੱਲੋਂ ਕੀਤੇ ਗਏ 3rd degree ਟੋਰਚਰ ਦੇ ਮਾਮਲੇ ਚ ਬਾਲ ਕਮਿਸ਼ਨ ਨੇ ਪੀੜਿਤ ਬੱਚੇ ਦੇ ਦੁਬਾਰਾ ਮੈਡੀਕਲ ਕਰਵਾਉਣ ਅਤੇ 4 ਡਾਕਟਰਾਂ ਦੀ ਟੀਮ ਨੇ ਬੁੱਧਵਾਰ ਨੂੰ ਰੀਮੈਡੀਕਲ ਕੀਤਾ ਜਿਸ ਵਿੱਚ ਡਾਕਟਰ ਨੇ ਪੁਲਿਸ ਵੱਲੋਂ ਵਰਤੀ 3rd degree ਟੋਰਚਰ ਦੀ ਪੁਸ਼ਟੀ ਕਰ ਦਿੱਤੀ ਹੈ। ਫਰੀਦਕੋਟ ਦੀ ਮਾਡਰਨ ਜੇਲ੍ਹ ਚ ਹਵਾਲਾਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਦਵਿੰਦਰ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਨੂਰਪੁਰੇ ਦਾ ਰਹਿਣ ਵਾਲਾ ਸੀ, ਕੈਨੇਡਾ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਸੀ। ਮੋਗੇ ਜ਼ਿਲ੍ਹੇ ਦੇ NRI ਥਾਣੇ ਚ ਧੋਖਾਧੜੀ ਦੇ ਕੇਸ ਵਿੱਚ ਸੀ ਅੰਦਰ। ਸ਼ਹੀਦੀ ਜੋੜ ਮੇਲ ਤੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਦੇ ਪੁਖਤੇ ਪ੍ਰਬੰਧ ਕੀਤੇ ਗਏ। ACP ਅਲਕਾ ਮੀਨਾ ਨੇ ਦੱਸਿਆ ਕਿ ਆਵਾਜਾਈ ਦੇ ਲਈ 6 ਵੱਖਰੇ ਰੂਟ ਬਣਾਏ ਗਏ ਸਨ ਜਿਸ ਤੋਂ ਬਿਨਾਂ ਵੀ ਫ੍ਰੀ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ। ਪਿੰਡ ਹੌਜ ਗੰਦੜ ਦੇ ਖੇਤਾਂ ਲੱਗੇ 9 ਟਰਾਂਸਫਾਰਮਰਾਂ ਚੋਂ 4 ਟਰਾਂਸਫਾਰਮਰਾਂ ਦੀ ਕੀਮਤ ਸਮਾਨ ਚੋਰੀ ਕਰ ਲਿਆ ਗਿਆ ਹੈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜਿਆ ਜਾਵੇ ਅਤੇ ਨਵੇਂ ਟਰਾਂਸਫਾਰਮਰ ਵੀ ਲਗਾਏ ਜਾਣ ਤਾਂ ਕਿ ਕਿਸਾਨ ਕਣਕ ਨੂੰ ਪਾਣੀ ਲਾ ਸਕਣ। ਮਕੌੜਾ ਪੱਤਣ ਦੇ ਪਾਰ ਪਿੰਡ ਪਰਿਆਲ ਚ ਕੁਝ ਸ਼ੱਕੀ ਵਿਅਕਤੀ ਦੇ ਕੇ ਜਾਣ ਦੀ ਖਬਰ ਆਈ ਹੈ, ਜਿਸ ਦੇ ਚਲਦੇ ਪੰਜਾਬ ਪੁਲਿਸ ਦੀ ਸਵੇਟ ਟੀਮ ਮੌਕੇ ਤੇ ਪਹੁੰਚੀ ਅਤੇ ਮਕੌੜਾ ਪੱਤਣ ਦੇ ਪੁਲ ਬਹਿ ਜਾਣ ਕਾਰਨ ਰਾਵੀ ਦਰਿਆ ਪਾਰ ਕਰਨ ਵਾਲੀ ਫੋਰਸ ਨੂੰ ਦਿੱਕਤ ਆ ਰਹੀ ਹੈ। ਪੁਲਿਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ। BSNL ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦੂਜੇ ਦਿਨ ਵੀ ਹੜਤਾਲ ਜਾਰੀ ਰੱਖਣ ਤੇ ਸਮੂਹ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਕੰਮ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਲੰਧਰ ਦੇ PAP ਚੌਂਕ ਚ ਪ੍ਰੈਸ਼ਰ ਹੌਰਨ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਅਚਾਨਕ ਵੱਜੇ ਪ੍ਰੈਸ਼ਰ ਹੌਰਨ ਨਾਲ ਘਬਰਾਇਆ ਨੌਜਵਾਨ ਆਪਣਾ ਕੰਟਰੋਲ ਖੋ ਬੈਠਾ ਤੇ ਟਰੱਕ ਦੀ ਲਪੇਟ ਚ ਆ ਗਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਰਕਾਰੀ ਸੁਵਿਧਾਵਾਂ 1-ਛੱਤ ਹੇਠ ਉਪਲਬਧ ਕਰਵਾਉਣ ਦੀ ਤਰ ਤੇ ਪੰਜਾਬ ਚ ਖੋਲੇ ਗਏ ਸੇਵਾ ਕੇਂਦਰ ਦੇ ਮੁਲਾਜ਼ਮ ਇਹਨਾਂ ਦਿਨਾਂ ਚ ਬਿਨਾਂ ਤਨਖਾਹ ਤੋਂ ਕੰਮ ਕਰਨ ਨੂੰ ਮਜਬੂਰ ਹਨ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਖੋਲੇ ਗਏ ਇਹਨਾਂ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਵਿਭਾਗ ਵੱਲੋਂ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਚ ਹਰ ਤਰ੍ਹਾਂ ਦੀ ਰਜਿਸਟਰੀਆਂ ਅਤੇ ਦਸਤਾਵੇਜ਼ ਦੀ ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਦਰਜ ਕਰਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੱਤੀ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 7 ਕਿਸਾਨ ਯੂਨੀਅਨਾਂ ਨੇ DC ਦਫ਼ਤਰ ਸਾਹਮਣੇ ਅੱਗੇ ਧਰਨਾ ਲਗਾ ਲਿਆ। ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਹੈ। ਪੁਲਿਸ ਯੂਨੀਅਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਦੇ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਮੋਗੇ ਦੇ ਬੀਬੀਆਂ ਵਾਲੀ ਗਲੀ ਦੇ ਰਹਿਣ ਵਾਲੇ ਚੰਦਰ ਪ੍ਰਕਾਸ਼ ਦੇ ਘਰ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। 75,000 ਨਕਦ ਅਤੇ 4-5 ਤੋਲੇ ਸੋਨਾ ਚੋਰੀ ਕਰ ਲਿਆ, ਜਦੋਂ ਕਿ ਪਰਿਵਾਰ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਮੋਗਾ ਦੇ ਮੈਰਿਜ ਪੈਲਸ ਗਿਆ ਹੋਇਆ ਸੀ। ਮੁਕਤਸਰ ਦੇ ਸਕੂਲ ਚ ਬੀਤੇ 1 ਮਹੀਨੇ ਤੋਂ ਮਿਡ ਡੇ ਮੀਲ ਪੂਰੀ ਤਰ੍ਹਾਂ ਬੰਦ ਹੈ। ਜ਼ਿਲ੍ਹੇ ਚ ਕਰੀਬ 328 ਪ੍ਰਾਇਮਰੀ ਸਕੂਲ ਹਨ। ਫੰਡ ਨਹੀਂ ਆਉਣ ਦੇ ਕਾਰਨ ਸਕੂਲਾਂ ਨੇ ਮਿਡ ਡੇ ਮੀਲ ਬੰਦ ਕਰ ਦਿੱਤਾ ਸੀ। ਸਕੂਲਾਂ ਨੂੰ ਵਿਭਾਗ ਨੇ ਕੁਝ ਫੰਡ ਜਾਰੀ ਕੀਤੇ ਸੀ, ਪਰ ਸਕੂਲਾਂ ਨੇ ਉਸ ਫੰਡ ਨੂੰ ਪਿਛਲੇ ਬਕਾਇਆ ਰਾਸ਼ੀ ਤੌਰ ਤੇ ਵਰਤ ਲਿਆ। ਸ਼ਹੀਦੇ ਆਜ਼ਮ ਭਗਤ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਥਿਤ ਮਿਊਜ਼ੀਅਮ ਦੇ ਵਿਸਥਾਰ ਦਾ ਕੰਮ 2009 ਚ ਸ਼ੁਰੂ ਹੋਇਆ ਸੀ, ਪਰ 8 ਸਾਲ ਲੰਘ ਜਾਣ ਤੋਂ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੌਰੇ ਤੇ ਆਉਣ ਤੋਂ ਬਾਅਦ ਵੀ ਕੰਮ ਸ਼ੁਰੂ ਨਹੀਂ ਹੋਇਆ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ ਰਾਹੁਲ ਗਾਂਧੀ ਤੇ ਤਿੱਖਾ ਵਾਰ ਕਰਦਿਆਂ ਕਿਹਾ ਹੈ ਕਿ ਇੱਕ ਘੱਟ ਤਜਰਬੇਦਾਰ ਇਨਸਾਨ ਦੇ ਪਾਰਟੀ ਦਾ ਇੰਨਾ ਵੱਡਾ ਬੋਝ ਪਾ ਦਿੱਤਾ ਹੈ, ਉਹ ਪ੍ਰਧਾਨਗੀ ਦੇ ਲਾਇਕ ਵੀ ਨਹੀਂ ਹਨ। ਕੁਝ ਸਿਆਸੀ ਲੋਕਾਂ ਨੇ ਇਹ ਬੋਝ ਉਹਨਾਂ ਦੇ ਸਿਰ ਤੋਂ ਜਾਣ ਮੁੱਚ ਕੇ ਰੱਖ ਦਿੱਤਾ ਹੈ। ਸਰਕਾਰੀ ਰੇਲਵੇ ਪੁਲਿਸ ਰੂਪਨਗਰ ਨੇ ਅੱਜ ਰੇਲ ਮੁਸਾਫਿਰਾਂ ਦੇ ਮੋਬਾਈਲ ਚੋਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲ 5 ਚੋਰੀ ਦੇ ਮੋਬਾਈਲ ਵੀ ਬਰਾਮਦ ਕੀਤੇ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਲੋਕਾਂ ਨਾਲ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੀ ਅਤੇ ਭਾਜਪਾ ਤੇ ਪ੍ਰਧਾਨ ਮੰਤਰੀ ਉੱਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਗੁਜਰਾਤ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਬਹੁਮਤ ਹੀ ਨਹੀਂ ਦੇਣਗੇ, ਸਗੋਂ ਦੋਸ਼ ਲੈ ਕੇ ਲੋਕ ਪ੍ਰਧਾਨ ਮੰਤਰੀ ਨੂੰ ਫਿਰ ਚਾਹ ਵੇਚਣ ਲਗਾ ਦੇਣਗੇ। ਬਰਨਾਲਾ ਪੁਲਿਸ ਨੇ 5 ਮੁਲਜ਼ਮਾਂ ਨੂੰ ਚੂਰਾ ਪੋਸਟ ਦੀ ਬੋਰੀ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਸਾਰੇ ਜਣੇ ਚੂਰਾ ਪੋਸਟ ਦੀ ਬੋਰੀ ਨੂੰ ਟੈਂਪੂ ਵਿੱਚ ਲੁਕਾ ਕੇ ਲੈ ਜਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ
ਭਾਰਤ ਸਰਕਾਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਨਵਰੀ 2018 ਦੇ ਦੌਰਾਨ ਸਵੱਛ ਸਰਵੇਖਣ ਕਰਵਾਇਆ ਜਾਣਾ ਹੈ, ਜਿਸ 'ਚ ਮੋਹਾਲੀ ਵੀ ਸ਼ਾਮਿਲ ਹੈ। ਇਸ ਅਨੁਸਾਰ ਸਕੂਲਾਂ, ਹੋਟਲਾਂ, ਹਸਪਤਾਲਾਂ, ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਮਾਰਕੀਟ ਐਸੋਸੀਏਸ਼ਨਾਂ ਦੀ ਰੈਂਕਿੰਗ ਕੀਤੀ ਜਾਣੀ ਹੈ। ਤਰਨ ਤਾਰਨ ਪੁਲਿਸ ਨੇ ਚੈਕਿੰਗ ਦੌਰਾਨ ਇੱਕ I-20 ਕਾਰ, ਇੱਕ ਟਰੱਕ ਜਿਸ ਵਿੱਚ ਦੇਸੀ ਘਿਓ ਦੇ 815 ਟੀਨ, ਦੋ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ, 585 ਗ੍ਰਾਮ ਹੈਰੋਇਨ ਸਮੇਤ ਦੋ ਜਾਣਿਆਂ ਨੂੰ ਕਾਬੂ ਕੀਤਾ ਹੈ। ਰੋਡ ਤੇ ਆਟੋ ਮੋਟਰਸਾਈਕਲ ਦੀ ਟਰੱਕ ਤੋਂ ਬਾਅਦ ਆਟੋ ਚਾਲਕ ਦੇ ਨਾਲ ਮਾਮੂਲੀ ਕਹਾ ਸੁਣੀ ਤੋਂ ਬਾਅਦ ਬਾਈਕ ਸਵਾਰ ਨੇ ਆਟੋ ਚਾਲਕ ਅਤੇ ਸਵਾਰੀਆਂ ਤੇ ਹਮਲਾ ਕਰ ਦਿੱਤਾ। ਆਟੋ 'ਚ ਸਵਾਰ ਨਿਡਰ ਔਰਤ ਨੇ ਮੋਟਰਸਾਈਕਲ ਸਵਾਰ ਨੂੰ ਕੋਲ ਦੇ ਨਾਲ ਪੁਲਿਸ ਹਵਾਲੇ ਕੀਤਾ। ਫਾਜ਼ਿਲਕਾ ਵਿੱਚ DC ਕੰਪਲੈਕਸ ਅਤੇ ਪੁਲਿਸ ਲਾਈਨ ਦੀਆਂ ਇਮਾਰਤਾਂ ਤੇ ਕਰੋੜਾਂ ਰੁਪਏ ਨਗਰ ਨਿਗਮ ਪਰਿਸ਼ਦ ਨੂੰ ਨਹੀਂ ਮਿਲਣ ਕਰਕੇ ਮਾਮਲਾ ਹਾਈਕੋਰਟ 'ਚ ਜਾ ਪਹੁੰਚਿਆ ਤੇ ਨਗਰ ਪਰਿਸ਼ਦ ਕਲੈਕਟਰ ਹੋਣ ਹਿਸਾਬ ਨਾਲ 37 ਕਰੋੜ ਦੀ ਡਿਮਾਂਡ ਕਰ ਰਹੀ ਹੈ। ਕੋਰਟ ਨੇ ਸਰਕਾਰ ਵੱਲੋਂ 20 ਦਸੰਬਰ ਤੱਕ ਇਸ ਮੁੱਦੇ ਤੇ ਜਵਾਬ ਮੰਗਿਆ। ਸੋ ਇਹ ਸਨ 22 ਜ਼ਿਲ੍ਹਿਆਂ ਦੀਆਂ 22 ਮੁੱਖ ਖਬਰਾਂ। ਅਸੀਂ ਫਿਰ ਹਾਜ਼ਰ ਹੋਵਾਂਗੇ ਇਹੋ ਜਿਹੀਆਂ ਮੁੱਖ ਖਬਰਾਂ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।